ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਸਿੱਧੀ ਬਿਜਾਈ ਬਨਾਮ ਕਦੂ ਕੀਤਾ ਝੋਨਾ ਉਹਦੇ ਵਿੱਚ ਪਾਣੀ ਦੀ ਬਚਤ ਹੁੰਦੀ ਕਿੱਥੇ ਕਿਉਂਕਿ ਕਈ ਕਿਸਾਨ ਵੀਰ ਜਿਹੜਾ ਕਹਿੰਦੇ ਕਿ ਸਿੱਧੀ ਬਿਜਾਈ 'ਚ ਵੀ ਪਾਣੀ ਜ਼ਿਆਦਾ ਲੱਗਦਾ ਇਸ ਵੀਡੀਓ 'ਚ ਤੁਹਾਡੇ ਨਾਲ ਇਹ ਜਿਹੜੇ ਹੈਗੇ ਆ ਵਿਚਾਰ ਗੱਲਬਾਤ ਜਿਹੜੇ ਹੈਗੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਦੀ ਗੱਲ ਕਰਾਂਗੇ ਖਾਸ ਤੌਰ ਤੇ ਜਿਹੜੇ ਕਿਸਾਨ ਵੀਰ ਜੂਨ ਦੇ ਵਿੱਚ ਕਦੂ ਕਰਕੇ ਝੋਨਾ ਲਾਉਂਦੇ ਸੀ ਜਾਂ ਲਾਉਂਦੇ ਹੈ 10 ਜੂਨ ਤੋਂ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਸਮਾਂ ਜਿਹੜੀ ਤਰੀਕ ਰਹੀ ਹੈ ਕੋਈ ਕਿਸਾਨ ਵੀਰ ਪਹਿਲਾਂ ਵੀ ਲਾਉਂਦੇ ਸੀ ਤਾਂ ਜੂਨ ਮਹੀਨੇ ਵਾਲਾ ਪਾਣੀ ਬਚਾਉਣਾ ਆਪਣਾ ਮੁੱਖ ਮਕਸਦ ਹੁੰਦਾ ਜਿਹੜੇ ਕਿਸਾਨ ਵੀਰ ਹੁਣ ਵੀ ਜਿਹੜੀ ਘੱਟ ਸਮੇਂ ਵਾਲੀ ਵੈਰੈਟੀਆਂ ਪੀਆਰ ਕਿਸਮਾਂ ਨੇ ਜਿਹਦੇ ਵਿੱਚ ਖਾਸ ਤੌਰ ਤੇ ਪੀਆਰ 126 ਵਾਲੇ ਕਿਸਾਨ ਵੀਰਾਂ ਦਾ ਧਿਆਨ ਜ਼ਿਆਦਾ ਜਾਂ ਬਾਸਮਤੀ ਹੈ ਜਿਨ੍ਹਾਂ ਦੀ ਆਪਾਂ ਕੱਦੂ ਕਰਕੇ ਜਿਹੜੀ ਲਵਾਈ ਕਰਦੇ ਆ ਉਹ 15 20 ਜੁਲਾਈ ਜਾਂ ਉਸ ਤੋਂ ਬਾਅਦ ਕਰਦੇ ਆ ਜਾਂ ਆਪਾਂ ਕਹਿ ਲਈਏ ਕਿ 10 ਜੁਲਾਈ ਜਾਂ 10 ਜੁਲਾਈ ਤੋਂ ਬਾਅਦ ਕਰਦੇ ਆ ਤਾਂ ਉੱਥੇ ਤਕਰੀਬਨ ਜਿਹੜੇ ਜੁਲਾਈ ਦੇ ਵਿੱਚ ਕਈ ਵਾਰ ਚੰਗੇ ਮੀਂਹ ਵੀ ਪੈ ਜਾਂਦੇ ਆ ਤੇ ਜੂਨ ਮਹੀਨੇ ਵਾਲਾ ਆਪਣਾ ਪਾਣੀ ਇੱਕ ਮਹੀਨੇ ਪੂਰੇ ਵਾਲਾ ਬਚ ਜਾਂਦਾ ਜਦੋਂ ਕਿ ਉਤੋਂ ਮੀਂਹ ਨਹੀਂ ਬਿਲਕੁਲ ਪੈ ਰਿਹਾ ਹੁੰਦਾ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਹੈ ਉੱਚ ਤਾਪਮਨ ਹੁੰਦਾ ਤੇ ਥੱਲੇੋਂ ਆਪਾਂ ਪਾਣੀ ਪੰਪ ਕਰ ਰਹੇ ਹੁੰਨੇ ਆ ਜਿਹੜੇ ਜੁਲਾਈ 15 20 ਨੂੰ ਟਰਾਂਸਪਲੈਂਟ ਆਪਾਂ ਜਿਹੜਾ ਚਾਹੇ ਆਪਾਂ ਪੀਆਰ ਕਿਸਮ ਕਰਨੀ ਹੈ ਪੀਆਰ 126 ਜੀ ਦੇ ਵਿੱਚ ਮੁੱਖ ਤੌਰ ਤੇ ਜਾਂ ਆਪਾਂ ਬਾਸਮਤੀ ਉਦੋਂ ਬਾਅਦ ਕਰਦੇ ਆ ਤਾਂ ਉਦੋਂ ਮੀਂਹ ਚੰਗੇ ਸ਼ੁਰੂ ਹੋ ਜਾਂਦੇ ਆ ਅਗਸਤ ਸਤੰਬਰ ਚ ਤਾਂ ਠੀਕ ਪੈ ਜਾਂਦੇ ਚੰਗੇ ਮੀਂਹ ਪੈ ਜਾਂਦੇ ਆ ਤਾਂ ਇਹ ਗੱਲ ਆਪਾਂ ਜਿਹੜੀ ਜੂਨ ਮਹੀਨੇ ਦੇ ਵਿੱਚ ਕਿਉਂਕਿ 20 ਮ ਅ ਸਦੀ ਬਿਜਾਈ ਕਿਸਾਨ ਵੀਰ ਜਿਹੜੇ ਕਰ ਸਕਦੇ ਆ ਜਿਹੜੀ ਸਦੀ ਬਿਜਾਈ ਕਰਨੀ ਚਾਹੇ ਉਹ ਕੋਈ ਕਿਸਮ ਕਿਉਂਕਿ ਉਹਦੇ ਵਿੱਚ ਕਿਸਮ ਦੀ ਚੋਣ ਬੜੀ ਜ਼ਰੂਰੀ ਆ ਦਰਮਿਆਨ ਨਹੀਂ ਆ ਜਦ ਘੱਟ ਸਮਾਂ ਲੈਣ ਵਾਲੀ ਜਾਂ ਦਰਮਿਆਨੀ ਦਰਮਿਆਨੀ ਸਮੇਂ ਚ ਪੱਕਣ ਵਾਲੀ ਕਿਸਮ ਦੀ ਆਪਾਂ ਨੂੰ ਚੋਣ ਕਰਨੀ ਚਾਹੀਦੀ ਆ ਤੇ ਇਹਦੇ ਵਿੱਚ ਪਾਣੀ ਦੀ ਬਚਤ ਦੀ ਜੇ ਆਪਾਂ ਗੱਲ ਕਰੀਏ ਤਾਂ ਪਾਣੀ ਦੀ ਬਚਤ ਹੁੰਦੀ ਆ ਖਾਸ ਤੌਰ ਤੇ ਤਰ ਬੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਰਵੱਤਰ ਜਿਹੜੀ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਇਹ ਤਕਨੀਕ ਜਿਹੜੀ ਪੀਏਯੂ ਲੁਧਿਆਣਾ ਵੱਲੋਂ 2020 ਚ ਸਪਰਸ਼ ਕੀਤੀ ਗਈ ਹੈ ਤੇ ਆਮ ਤੌਰ ਤੇ ਜਿਹੜੀ ਮੈਰਾ ਜ਼ਮੀਨ ਹੈ ਜਿਹਦੇ ਵਿੱਚ ਰੇਤਲੀ ਮੈਰਾ ਮੈਰਾ ਚੀਕਣੀ ਮੈਰਾ ਭਲ ਵਾਲੀ ਮੈਰਾ ਮਤਲਬ ਬਹੁਤ ਹੀ ਜ਼ਿਆਦਾ ਚੀਕਣੀ ਮਿੱਟੀ ਜਾਂ ਡੱਕਰ ਜ਼ਮੀਨ ਨੂੰ ਛੱਡ ਕੇ ਜਿਹੜੀ ਚੀਕਣੀ ਮਿੱਟੀ ਜ਼ਿਆਦਾ ਹੁੰਦੀ ਹੈ ਉਹ ਤੋਂ ਬਿਨਾ ਸਾਰੀਆਂ ਕਿਸਮ ਦੀਆਂ ਜਿਹੜੀਆਂ ਮੈਰਾ ਜ਼ਮੀਨਾਂ ਉਹਦੇ ਵਾਸਤੇ ਢੁਕਮੀ ਆ ਤਰਵੱਤਰ ਖੇਤ ਚ ਝੋਨੇ ਦੀ ਸਿੱਧੀ ਬਿਜਾਈ ਤੇ 80-85% ਜ਼ਮੀਨਾਂ ਜਿਹੜੀਆਂ ਪੰਜਾਬ ਚ ਇਸੇ ਤਰ੍ਹਾਂ ਦੀਆਂ ਨੇ ਤਰਵੱਤਰ ਦੇ ਵਿੱਚ ਆਪਾਂ ਕੀ ਕਰਦੇ ਆਂ ਕਿ ਲੇਜ਼ਰ ਕਰਾਇਆ ਨਾ ਖੇਤ ਪਧਰਾ ਕਰ ਲਿਆ ਬਾਅਦ ਚ ਖੇਤ ਦੇ ਕਿਾਰੇ ਪਾ ਕੇ ਆਪਾਂ ਰੋਣੀ ਕਰ ਲੈਣੀ ਆ ਜਦੋਂ ਵਾਤ ਆ ਗਿਆ ਮਤਲਬ ਕਿ ਖੇਤ ਗਿੱਲਾ ਹੈ ਪੂਰਾ ਮਸ਼ੀਨ ਪਰ ਉਹਦੇ ਵਿੱਚ ਚੱਲ ਸਕਦੀ ਹੈ ਜਾਂ ਚਾਹੇ ਤੁਸੀਂ ਲੱਕੀ ਸੀਡ ਡ੍ਰਿਲ ਜਾਂ ਛੋਨੇ ਦੀ ਬਿਜਾਈ ਵਾਲੀ ਸਿੰਪਲ ਜਿਹੜੀ ਡ੍ਰਿਲ ਆ ਉਹ ਵਰਤਣੀ ਕਿਉਂਕਿ ਲੱਕੀ ਸੀਡ ਡ੍ਰਿਲ ਦੇ ਵਿੱਚ ਮਗਰ ਸਪਰੇ ਵੀ ਨਾਲ ਦੀ ਨਾਲ ਦੀ ਨਾਸ਼ਕ ਦੀ ਹੋ ਜਾਂਦੀ ਹੈ ਤਾਂ ਫੇਰ ਆਪਾਂ ਖੇਤ ਦੇ ਵਿੱਚ ਖੇਤ ਨੂੰ ਬਹੁਤਾ ਡੂੰਘਾ ਨਹੀਂ ਬੋਣਾ ਹੋਸ਼ਾ ਜਾਂ ਵਾਹ ਕਿਤੇ ਉਸ ਤੋਂ ਬਾਅਦ ਡਬਲ ਸੁਹਾਗਾ ਮਾਰ ਕੇ ਤੇ ਫੇਰ ਉਹਦੀ ਆਪਾਂ ਬਜਾਈ ਕਰਨੀ ਹੈ ਬਜਾਈ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਆਪਾਂ ਬਜਾਈ ਦੁਪਹਿਰ ਦੇ ਸਮੇਂ ਜਾਂ ਖੇਤ ਦੀ ਤਿਆਰੀ ਜਾਂ ਬਜਾਈ ਦੁਪਹਿਰ ਦੇ ਸਮੇਂ ਨਾ ਕਰੀਏ ਜਾਂ ਅਰਲੀ ਮਾਰਨਿੰਗ ਕਰ ਸਕਦੇ ਜਾਂ ਸ਼ਾਮ ਨੂੰ ਕਰੀਏ ਤਾਂ ਬਹੁਤ ਵਧੀਆ ਗੱਲ ਆ ਉਹਦੇ ਨਾਲ ਜਿਹੜੀ ਗੱਲ ਨਹੀਂ ਉੜਦੀ ਚਲਦੀ ਕਿਉਂਕਿ ਤਾਮਨ ਹਾਈ ਹੁੰਦਾ ਫਿਰ ਤਰਵੱਤਰ ਝੋਨੇ ਦੇ ਵਿੱਚ ਆਪਾਂ ਜਦੋਂ ਇੱਕ ਵਾਰ ਬਜਾਈ ਕਰਤੀ ਸੁਹਾਗਾ ਮਾਰ ਕੇ ਵਧੀਆ ਤਰੀਕੇ ਨਾਲ ਬਜਾਈ ਕਰਤੀ ਨਦੀਨ ਆਸ਼ਕਰੀ ਸਪਰੇਅ ਕਰਤੀ ਤਾਂ ਫਿਰ ਉਹਦੇ ਵਿੱਚ ਜਿਹੜੀ ਜ਼ਰੂਰਤ ਅਨਸਾਰ ਆਪਾਂ ਸਫਾਰਸ਼ ਹੈ ਕਿ ਪਾਣੀ ਆਪਾਂ ਪਹਿਲਾਂ ਉਸ ਤੋਂ ਬਾਅਦ ਲਾਉਣਾ 21 ਦਿਨ ਤੇ ਜ਼ਰੂਰਤ ਅਨਸਾਰ 2-4 ਦਿਨ ਪਹਿਲਾਂ ਵੀ ਲਾ ਸਕਦੇ ਜੇ ਜ਼ਰੂਰਤ ਪਵੇ ਵੈਸੇ 21 ਦਿਨ ਤੇ ਲਾਓ ਕਈ ਵਾਰ ਕਿਸਾਨ ਘਬਰਾੜ ਚ ਹੁੰਦਾ ਕਿ ਸਾਡੇ ਬੂਟੇ ਨਾ ਸੁੱਕ ਜਾਣ ਕੋਈ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਜਾਣੀ ਵਾਂਡਾ ਕਰਨਾ ਉਹ ਜਿਹੜਾ ਬਹੁਤਾ ਚੀਕਣੀ ਮਿੱਟੀ ਆ ਉੱਥੇ ਜਿਹੜੀ ਸੁੱਕੇ 'ਚ ਬਜਾਈ ਹੁੰਦੀ ਆ ਸੁੱਕੇ 'ਚ ਬਜਾਈ ਕਰਕੇ ਫੇਰ ਪਾਣੀ ਲੱਗਦਾ ਫੇਰ ਅਗਲਾ ਪਾਣੀ ਲੱਗਦਾ 4-5 ਦਿਨ ਤੇ ਫੇਰ ਉਦੋਂ ਬਾਅਦ 5-7 ਦਿਨ ਦੇ ਗੈਪ ਤੇ ਪਾਣੀ ਲੱਗਦੇ ਰਹਿੰਦੇ ਉਹ 'ਚ ਥੋੜੇ ਪਾਣੀ 3-4 ਵਾਧ ਲੱਗ ਜਾਂਦੇ ਆ ਪਰ ਤਰਵਤਰ ਖੇਤ ਦੇ ਵਿੱਚ ਆਪਣਾ ਪਹਿਲਾ ਪਾਣੀ ਕਿੰਨੇ ਦਿਨ ਲੱਗਣਾ ਉਹ ਆਪਣੀ ਸਾਰੀ ਪਾਣੀ ਦੀ ਬਚਤ ਆ ਬਜਾਈ ਤੋਂ ਲੈ ਕੇ ਇਹ ਸਮਝੋ ਕੱਦੂ ਵਾਲੇ ਝੋਨੇ 'ਚ ਆਪਾਂ ਕੀ ਕਰਦੇ ਆ ਜੂਨ ਚ ਮੈਂ ਗੱਲ ਕਰ ਰਿਹਾ ਕਿਉਂਕਿ ਜੁਲਾਈ ਦੇ ਵਿੱਚ ਤਾਂ ਉਸ ਤੋਂ ਬਾਅਦ ਮੀਂਹ ਕਈ ਵਾਰ ਸ਼ੁਰੂ ਹੋ ਜਾਂਦੇ ਆ ਅੱਧ ਜੁਲਾਈ ਤੋਂ ਆਪਾਂ ਕਰ ਸਕਦੇ ਆ ਕੋਈ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਉਹ ਜੇ ਆਪਾਂ ਪਾਣੀ ਦੀ ਬਹੁਤ ਬਚਤ ਕਰ ਲੈਂਦੇ ਆ ਜੇ ਆਪਾਂ 20 25 ਜੂਨ ਤੋਂ ਪਨੀਰੀ ਦੀ ਬਿਜਾਈ ਕਰਦੇ ਆ ਕਦੂ ਵਾਲੇ ਝੋਨੇ ਜੇ ਆਪਾਂ ਪਹਿਲਾਂ ਖੇਤ ਨੂੰ ਭਰ ਕੇ ਪੂਰਾ ਕਦੂ ਕਰਦੇ ਆ ਰੌਣੀ ਦੇ ਵਿੱਚ ਓਨਾ ਪਾਣੀ ਨਹੀਂ ਲੱਗਦਾ ਜਿੰਨਾ ਕਦੂ ਵਾਲੇ ਖੇਤ ਨੂੰ ਭਰਨ ਚ ਤੇ ਕਦੂ ਕਰਨ ਚ ਲੱਗਦਾ ਫਿਰ ਆਪਾਂ ਉਸ ਤੋਂ ਬਾਅਦ ਜਿਹੜਾ ਖੇਤ ਤੀਜੇ ਚੌਥੇ ਦਿਨ ਪੂਰਾ ਭਰਨਾ ਸ਼ੁਰੂ ਕਰ ਦਿੰਨੇ ਤੇ ਪਹਿਲੇ 2 ਜਾਂ 3 ਹਫ਼ਤੇ ਕਿਉਂਕਿ ਉਹਦੇ ਵਿੱਚ ਤਰੀੜਾਂ ਦਾ ਪਾਟਣਾ ਨਦੀਨ ਨਾਲ ਉਗਣ ਨਦੀਨ ਵਾਲੀ ਆਪਾਂ ਦਵਾਈ ਪਾਉਣੀ ਹੁੰਦੀ ਵਗੈਰਾ ਵਗੈਰਾ ਕਈ ਕਾਰਨ ਹੁੰਦੇ ਆ ਤਾਂ ਉਹ ਆਪਾਂ 15-20 ਦਿਨ ਖੇਤ ਪੂਰਾ ਭਰ ਕੇ ਰੱਖਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਆਪਾਂ ਸੁਕਾਸ ਸੁਕਾ ਕੇ ਲਾ ਸਕਦੇ ਜਦੋਂ ਪਾਣੀ ਜੀਰ ਗਿਆ ਦੂਜੇ ਦਿਨ ਪਾਣੀ ਛੱਡੋ ਦੂਜੇ ਝੁੰਨੇ ਵਿੱਚ ਵੀ ਇਹ ਜਿਹੜਾ ਪਹਿਲੇ 20 ਦਿਨ ਆਪਾਂ ਇੰਨਾ ਜ਼ਿਆਦਾ ਪਾਣੀ ਜਿਹੜਾ ਵਰਤਨਾ ਉਹ ਪਾਣੀ ਦੀ ਤਰਵਤਰ ਜਿਹੜੀ ਖੇਤ ਦੇ ਵਿੱਚ ਸਿੱਧੀ ਬਿਜਾਈ ਰ ਜੇ ਕਿਸਾਨ ਵੀਰ ਤਰਾਰਤਰ ਖੇਤ ਦੇ ਵਿੱਚ ਬੱਡਾਂ ਰਾਂ ਝੋਨੇ ਦੀ ਬਿਜਾਈ ਕਰਨ ਜਾਂ ਵਟਾਂ ਤੇ ਜਿਹਨੂੰ ਆਪਾਂ ਲਵਾਈ ਕਹ ਦਿੰਨੇ ਝੋਨੇ ਦੀ ਉਹ ਕਰਨ ਉਹਦੇ ਨਾਲ ਉਦੋਂ ਵੀ ਵੱਧ ਜੜੀ ਹੈਗੀ ਪਾਣੀ ਦੀ ਬਚਤ ਹੁੰਦੀ ਕਿਉਂਕਿ ਖਾਲੀਆਂ ਦੇ ਵਿੱਚ ਹੀ ਪਾਣੀ ਲਾਉਣਾ ਤੇ ਪਾਣੀ ਲੱਗ ਵੀ ਜਲਦੀ ਜਾਂਦਾ ਤੇ ਲੱਗਦਾ ਵੀ ਘੱਟ ਹੈ ਸੋ ਇਹ ਗੱਲ ਆਪਾਂ ਨੂੰ ਸਮਝਣੀ ਚਾਹੀਦੀ ਕਿਸਾਨ ਵੀਰੋ ਕਿ ਜੇ ਕਿਸਾਨ ਵੀਰ ਨੇ ਕੱਦੂ ਕਰਕੇ ਝੋਨਾ ਲਾਉਣਾ ਤਾਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਜਲਾਈ 'ਚ ਜਿਹੜਾ PR126 ਵਗੈਰਾ ਉਹ ਲਾਓ ਜੇ ਜੇ ਜੂਨ 'ਚ ਤੁਸੀਂ ਪਲਾਨ ਕਰ ਰਹੇ ਆ ਤਾਂ ਤੁਸੀਂ 20 ਮਈ ਤੋਂ ਬਾਅਦ ਜਿਹੜੀ ਹੈਗੀ ਆ ਸਿੱਧੀ ਬਿਜਾਈ ਕਰੋ ਤਾਰਵੱਤਰ ਖੇਚ ਝੋਨੇ ਦੀ ਸਿੱਧੀ ਵੀਆਈ ਜਿਹੜੀਆਂ ਆਮ ਤੌਰ ਤੇ ਮੈਰਾ ਜ਼ਮੀਨਾ ਸਾਰਿਆਂ ਵਾਸਤੇ ਇਹ ਜਿਹੜੀ ਹੈਗੀ ਕਾਰਗਰ ਹੈ ਤੇ ਉਹਦੇ ਵਾਸਤੇ ਜਿਹੜੀ ਸਹੀ ਵੀ ਹੈਗੀ ਹੈ ਠਕਮੀ ਵੀ ਹੈਗੀ ਹੈ ਹੋਰ ਸਵਾਲ ਹੋਵੇ ਜਾਂ ਤੁਹਾਡਾ ਕੀਮਤੀ ਸੁਝਾਅ ਸ਼ੇਅਰ ਕਰਨ ਦੀ ਕੋਸ਼ਿਸ਼ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ